ਇੱਕ ਰੀਤ ਪੁਰਾਣੀ ਬਹੁਤ ਹੀ ਵਧੀਆ ਆਯੋਜਨ ਕੀਤਾ ਹੋਇਆ ਅੱਜ ਦਾ ਇਹ ਖੇਡ ਮੇਲਾ
ਕੁਝ ਆਰਗੇਨਾਈਜ਼ਰ ਵੀਰਾਂ ਦਾ, ਸਪੌਂਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹਨਾਂ ਨੇ ਮੇਰੇ ਵੀਰੋ ਵੱਡੇ ਜੋਰਦਾਰ ਭਾਈ ਜੀ ਅੱਜ ਦੇ ਸਟੇਟ ਬੈਂਕ ਦੇ ਪ੍ਰਵਾਟ ਦੇ ਲਈ ਸ਼ਿਰਤ ਆਸਟ੍ਰੇਲੀਆ ਜੀ, ਬੱਬੀ ਨਿਊਜ਼ੀਲੈਂਡ ਜੀ, ਹਰਭਜੀਤ ਸਿੰਘ ਨਿਊਜ਼ੀਲੈਂਡ, ਸ਼ਹੀਦ ਲਖਵੀਰ ਸਿੰਘ ਦਾ ਸਾਰਾ ਪਰਿਵਾਰ, ਔਰ ਜਸਕਰਨ ਸਿੰਘ ਜੀ, ਕਮਾਲ ਸਿੰਘ ਜੀ ਯੂ ਐਸ ਏ ਢੋਲਾ ਹਾਂਗਕਾਂਗ ਮੰਦਰ ਕਨੇਡਾ, ਤੇ ਨਾਲ ਪਰਮਿੰਦਰ ਸਿੰਘ ਜੀ ਮਿੰਟੂ, ਗੁਰਮੋਹਨ ਸਿੰਘ ਜੀ ਥਾਣੇਦਾਰ ਵੱਲੋਂ ਸ਼ਹੀਦ ਹਰਜੀਤ ਸਿੰਘ ਦੀ ਯਾਦ ਦੇ ਵਿੱਚ ਵੱਡੇ ਯੋਗਦਾਨ ਪਾਏ ਗਏ ਜੀ, ਸਵਰਗਵਾਸੀ ਕਮਾਲ ਸਿੰਘ ਜੀ ਨੰਬੜਦਾਰ ਦੀ ਯਾਦ ਵਿੱਚ ਉਹਨਾਂ ਦੇ ਭਰਾ ਜੱਗੀ ਹਾਂਗਕਾਂਗ ਜੀ, ਉਹਨਾਂ ਵੱਲੋਂ ਵੱਡੇ ਯੋਗਦਾਨ ਪਾਏ ਗਏ ਜੀ, ਸਰਦਾਰ ਅਮਰ ਸਿੰਘ ਜੀ ਗੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ, ਤਰਸੇਮ ਸਿੰਘ ਜੀ ਕਹਿਲਗਿਰੀ ਕਨੇਡਾ, ਗੁਰਦਾਸ ਸਿੰਘ ਜੀ ਔਰ ਸਾਧੂ ਸਿੰਘ ਜੀ ਸਰਪੰਚ ਸਾਹਿਬ, ਬਹੁਤ ਹੀ ਸਤਿਕਾਰਯੋਗ ਦੇ ਮਾਸਟਰ ਗੁਰਮੇਲ ਸਿੰਘ ਜੀ, ਗੁਰਮੇਲ ਸਿੰਘ ਜੀ ਯੂ ਐਸ ਏ ਦਲੀਪ ਸਿੰਘ ਜੀ, ਤੇ ਜੈਲਦਾਰ ਨੰਬਰ ਜੈਵੈਲ ਸਿੰਘ ਜੀ ਨੰਬਰਦਾਰ, ਸਵਰਗਵਾਸੀ ਸੇਖ ਸਿੰਘ ਜੀ ਜਥੇਦਾਰ, ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡੇ ਯੋਗਦਾਨ ਜੀ, ਉੱਥੇ ਸਾਡੇ ਸਤਿਕਾਰਯੋਗ ਹਰਦੇਵ ਸਿੰਘ ਜੀ ਪਟਵਾਰੀ, ਸਵਰਗਵਾਸੀ ਮਹਿੰਦਰ ਸਿੰਘ ਜੀ ਗਾੜੀ ਕੇ, ਉਹਨਾਂ ਦੇ ਪਰਿਵਾਰ ਵੱਲੋਂ ਵੱਡੇ ਯੋਗਦਾਨ ਪਾਏ ਗਏ ਜੀ, ਸਰਦਾਰ ਜਸਵੀਰ ਸਿੰਘ ਜੀ ਬਾਰ ਕੋਟੇ ਲੱਗੀ ਨਾਲ ਵਿੱਕੀ ਗੋਲ ਜੀ, ਬਹੁਤ ਹੀ ਸਤਿਕਾਰਯੋਗ ਸੇਖੀ ਅਗਲੀ ਇਸ ਖੇਡ ਮੇਲੇ ਦੀ ਵਿੱਕੀ ਗੋਲ ਜੀ ਦਾ, ਗੋਇਲ ਜੀ ਦਾ ਬਹੁਤ ਬਹੁਤ ਧੰਨਵਾਦ, ਵਿੰਦਰ ਸਿੰਘ ਜੀ ਭੁੱਲਰ, ਜੀਵਨ ਗਿੱਲ ਜੀ, ਲਵਪ੍ਰੀਤ ਸਿੰਘ ਜੀ ਬਾਬੂ ਕਲਵੰਤ ਜੀ, ਨਾਲ ਟੋਨੀ ਗਿੱਲ ਜੀ ਜੂ ਐਸ ਏ ਗੁਰਜੀਤ ਸਿੰਘ ਜੀ ਮਲੀਲਾ, ਬਾਬਾ ਗੁਰਭਿੰਦਰ ਸਿੰਘ ਜੀ, ਪ੍ਰਿਤਪਾਲ ਸਿੰਘ ਜੀ, ਨਾਲ ਰਾਹੁਲ ਸਾਡੇ ਸਰਕਾਰ ਜੋ ਗੁਰਪ੍ਰੀਤ ਝੱਬਰ ਜੀ, ਔਰ ਨਾਲ ਸਵਰਗਵਾਸੀ ਲਖਵੀਰ ਸਿੰਘ ਜੀ, ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡੇ ਯੋਗਦਾਨ ਜੀ, ਵਿੰਦਰ ਸਿੰਘ ਜੀ ਵੀਰ ਜਿਹੜੇ ਕਟੀਨਾ ਬਰਾੜ ਜੀ, ਇਹਨਾਂ ਸਾਰੇ ਹੀ ਸਰਕਾਰ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਨਾਲ ਜੁੜੀਏ ਖੇਡ ਕਬੱਡੀ ਦੇ ਨਾਲ। ਸਮੁੱਚੇ ਨਗਰ ਦੀਆਂ ਤਿੰਨ ਪੰਚਾਇਤਾਂ ਜਿਹੜੀਆਂ ਉਹ ਵੀ ਸਟੇਟ ਬਰਾਜਮਾਨ ਨੇ, ਔਰ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਪੁੱਜੇ ਸਾਰੇ ਹੀ ਦਰਸ਼ਕੀ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਮਾਂ ਖੇਡ ਕਬੱਡੀ ਦੀ ਰੌਣਕ ਨੂੰ ਵਧਾਉਣ ਲਈ ਅੱਜ ਪੁੱਜੇ ਨੇ, ਔਰ ਸਵਾਲ ਲੈਣਗੇ ਇਸ ਖੇਡ ਕਬੱਡੀ ਦਾ। ਨਾਲ ਚੱਲਦਾ ਰਿਹਾ ਮੈਚ, ਕਹਿੰਦੇ ਵੀ ਇੱਕ ਪਾਸੇ ਚੰਦ ਨਵੇਂ ਦੀ ਟੀਮ ਹੈ ਮੇਰੇ ਵੀਰੋ, ਤੇ ਦੂਸਰੇ ਪਾਸੇ ਜਿਹੜੀ ਟੀਮ ਪੁੱਟ ਗਈ ਹੈ ਉਹ ਗੁਰੂ ਸਰ ਗਿੱਲ ਦੀ ਹੈ, ਪੁਰਾਣੇ ਵਾਂਗ ਸ਼ੂਸ਼ ਕਰੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡ ਕਬੱਡੀ ਦਾ ਖੇਡਿਆ ਜਾ ਰਿਹਾ ਹੈ, ਕਿ ਜਿਵੇਂ ਘਰਦੇ ਨੇ ਪੰਛੀ ਉਡਾਰੀ ਸਮਾਨਾਂ ਵਿੱਚ, ਉਵੇਂ ਘਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ, ਅਸੀਂ ਜਾਣਗੇ ਜੋਰ ਜਵਾਨਾਂ ਵਿੱਚ, ਅੱਜ ਸਾਰਿਆਂ ਦੇ ਸਾਹਮਣੇ ਚੰਨ ਬਾਬੂ ਚੰਪੂ ਲੱਗੇ ਨੇ, ਅੱਜ ਸਾਰਿਆਂ ਦੇ ਸਾਹਮਣੇ, ਅੱਜ ਕਹਿੰਦੇ ਦੁਨੀਆਂ ਦੇ ਸੁਪਰ ਸਟਾਰਾਂ ਦੀ ਟੱਕਰ ਹੋਣੀ ਹੈ ਇਸ ਖੇਡ ਗਰਾਊਂਡ ਦੇ ਵਿੱਚ, ਨਾਲ ਸੋ ਕਿ ਖੁੱਚ ਪੱਟੜੀ ਤੇ ਵੜੀ ਅਸੀਂ ਲਾਉਣੀ ਹੈ ਕਬੱਡੀ ਵਿੱਚ, ਢਾਕ ਚੁੱਕੋ ਦਸ ਮਿਹਨਤਾਂ ਦੇ ਨਾਲ ਸਭ ਲੱਗ ਕੇ ਖਾ ਕੇ ਚਰਾਕ ਚੁੱਕੋ, ਚੰਦ ਨਵੀਂ ਦੀ ਧਰਤੀ ਦਾ ਨੌਜ ਪੰਜਾਬੀ ਬਹੁਤ ਹੀ ਸਿਰ ਰੱਖਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ, ਇਧਰ ਨੌਜ ਵਧਾਵੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਕਿ ਲੱਥ ਜਾਂਦੀ ਭੁੱਖ ਦੇ ਖੋਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਚਿੱਤ ਪੈਰ ਆਣ ਕੇ ਕੀਰਾਂ ਨੂੰ, ਵੇਟ ਨਾਲ ਦੇ ਜਿੰਮਾਂ ਦੇ ਵਿੱਚ ਜਾ ਕੇ ਤੇ ਹੋਰ ਮਜ਼ਬੂਤ ਅੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ, ਅੱਜ ਵੱਡੀਆਂ ਮੱਲਾਂ ਮੇਰੇ ਵੀਰੋ ਦਾ ਖੇਡ ਗਰਾਊਂਡਾਂ ਵਿੱਚ ਮਾਰਨਗੇ, ਕਬੱਡੀ ਦਾ ਕਹਿੰਦੇ ਮੇਰੇ ਵੀਰੋ ਸਾਰੇ ਇਲਾਕਾ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਇਸ ਇਲਾਕੇ ਦੇ ਪੈਦਾ ਕੀਤੇ ਆ, ਇਸ ਨਗਰ ਦੇ ਪੈਦਾ ਕੀਤੇ ਆ, ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ, ਗੁਰੂ ਸਰ ਗਿੱਲ ਦਾ ਨਵਜੀਤ ਕਬਰੂ ਕਬੱਡੀ ਪਾਉਣ ਦੇ ਲਈ ਪਹਿਲਾਂ ਆਇਆ ਹੈ, ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾਗੇ ਪੂਰਾ ਧਾਨ ਵਿੱਚੋਂ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਵਿੱਚੋਂ, ਮਾਣਕ ਨਾਮ ਹੈ ਨਵਜੀਤ ਜਾਫੀ ਦਾ, ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਇਸ ਵੇਲੇ ਦੇਵ ਦਿਆਲ ਹੋਣ ਵਾਲਾ
ਫੈਸਲਾ ਕਰਦਾ ਵੀ ਇਹ ਪੁਆਇੰਟ ਜਿਹੜਾ ਜਾਫੀ ਦੇ ਸੇ ਐਡਜਸਟ ਹੁੰਦਾ ਹੋਇਆ ਜੱਸੀ ਚੱਕ ਲਵੇਗਾ ਅਗਲੀ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਚਿੱਟੀਆਂ ਪਾ ਦੀਆਂ ਫੋਟੀਆਂ ਵਰਗੀ ਧੁੱਪ ਮੇਰੇ ਵੀਰੋ ਜਿਹੜੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਸੂਰਜ ਲੈਂਦਾ ਵੀ ਆਪਣੀ ਗਰਮੀ ਦਾ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੋਇਆ ਪਰ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਦਾਊਜਨ ਜੱਸੀ ਚੱਕ ਲਵੇਗਾ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਲਈ ਐਡਜਸਟ ਕਰਦਾ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਵਿੱਚ ਪਈ ਹੋਈ ਚਾਰ ਜਾਫੀ ਬਿਲਕੁਲ ਤਿਆਰ ਨੇ ਕਿ ਆ ਗਿਆ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਚਾਰੋਂ ਪਾਰਟੀਆਂ ਸ਼ਿਕਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਜ ਦਾ ਕਬੱਡੀ ਧੋਰੀ ਦਾ ਬਣਦੇ ਜਿਹਨੂੰ ਲੰਘੇ ਕਬੱਡੀ ਦਾ ਕਬੱਡੀ ਧੋਰੀ ਜਿਹਨਾਂ ਨੂੰ ਇਸ਼ਕ ਲੱਗੇ ਇਸ ਖੇਡ ਕਬੱਡੀ ਦਾ ਸਮੁੱਚੇ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਨੇ ਐਂਡ ਰੂਲ ਦੇ ਵੀਰੋ ਜਿਹੜੇ ਕਬੱਡੀ ਦੇ ਨਿਯਮ ਨੇ ਉਹ ਇਹਨੂੰ ਲਾਗੂ ਨੇ ਚੜਕ ਦੇ ਖੇਡ ਗਰਾਊਂਡਾਂ ਵਿੱਚ ਉਧਰ ਬਹੁਤ ਹੀ ਸੋਹਣ ਦਫਾ ਲਾ ਕੇ ਨੌਜਵਾਨ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੁੜਦਾ ਹੈ ਆਪਣੀ ਟੀਮ ਲਈ ਜੋੜ ਦਿੱਤਾ ਹੈ ਸ਼ੋਸ਼ਿਤ ਤੇ ਪੁਰਾਣੇ ਵਾਲ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਣਾ ਉਸ ਤੋਂ ਬਾਅਦ ਲੰਡਨ ਤੇ ਜੰਗੀਆਂ ਦਾ ਇਹ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਲੰਡਨ ਤੇ ਜੰਗੀਆਂ ਦਾ ਮੈਚ ਸਮਾਪਤ ਹੈ ਕਿਹੜੀ ਟੀਮ ਜੋਤੂ ਹੈ ਜੀ ਅਗਲਾ ਮੈਚ ਪੁਰਾਣੇ ਵਾਲਾ ਤੇ ਸ਼ੁਸ਼ਕ ਦੀਆਂ ਟੀਮਾਂ ਦੇ ਰਿਕਾਰਡ ਖੇਡਿਆ ਜਾਣਾ ਹੈ ਲੰਡੇ ਤੇ ਜੰਗੀਆਣਾ ਇਹ ਵੀ ਟੀਮਾਂ ਦੇ ਪਲੇਅਰ ਤਿਆਰ ਰਹਿਣ ਲੰਡੇ ਤੇ ਜੰਗੀਆਣਾ ਹੈਲੋ ਪੁਰਾਣੇ ਵਾਲਾ ਤੇ ਸ਼ੁਸ਼ਕ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੁਕਾਬਲਾ ਜਿਹੜਾ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਕਹਿੰਦੇ ਟੀਮ ਜਿਹੜੀ ਪੁਰਾਣੇ ਵਾਲੇ ਦੀ ਹੈ ਕੌਣ ਕਰੂਗਾ ਰੀਸਾ ਕਲਗੀ ਰਾਜਾ ਵਾਲੇ ਗੁਰੂ ਦੀ ਪਾਸੋਂ ਸਿੱਖੀ ਦੇ ਨਾਲ ਗੱਲ ਖੇਡ ਕਬੱਡੀ ਦੀ ਹੈ ਇਸ ਵੇਲੇ ਨਵਜੀਤ ਗੁਰੂ ਫਿਰ ਵੀ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਪਣੀ ਟੀਮ ਲਈ ਨਾਮ ਹੈ ਨਵਜੀਤ ਖਿਡਾਰੀ ਦਾ ਸ਼ਾਟਮਾ ਜਿਹਾ ਸਰੀਰ ਬੜਾ ਫਰਦੀਲਾ ਖਿਡਾਰੀ ਹੈ ਜਸ਼ੀਲਾ ਖਿਡਾਰੀ ਹੈ ਕਿ ਜੋਸ਼ ਹੋਈ ਤਕਨੀਕ ਦੀ ਜਾਗੋ ਅੱਜ ਕੱਲ੍ਹ ਕਬੇਟ ਕਬੱਡੀ ਦੀ ਜਿਹੜੇ ਯੋਗ ਵਾਲੇ ਨੂੰ ਜਾਫੀ ਢਾਹ ਹੀ ਜਾਂਦੇ ਨੇ ਕਾਰ ਵਰਗੀ ਮੇਜ ਦੀ ਗੱਲ ਜਿਹੜੇ ਰੇਡਰਾਂ ਦੀ ਪਤਾ ਨਹੀਂ ਲੱਗਦਾ ਕਦੋਂ ਹੱਥ ਲਾਈ ਜਾਂਦੇ ਨੇ ਰੱਬ ਵਾਂਗੂ ਪੂਜਦੇ ਜਿਹੜੇ ਜੱਤੀ ਰੋਟੇ ਦੇ
ਉਹ ਖਿਡਾਰੀ ਦੀ ਜਿੰਨਾ ਕਮਾਈ ਜਾਂਦੇ ਨੇ ਲੰਘੇ ਵਾਲੀਆਂ ਜਦ ਤੇ ਦਿਨ ਚਾਰ ਜਵਾਨੀ ਦੇ ਜੋ ਸਾਹ ਲੈਂਦੇ ਉਹ ਹਰ ਮੈਦਾਨ ਛਾਈ ਜਾਂਦੇ ਨੇ। 15 ਕੁ ਦਿਨ ਪਹਿਲਾਂ ਕਨੇਡਾ ਤੋਂ ਪੁੱਜਿਆ ਹਰ ਕਿਸੇ ਦੇ ਨਾਮ ਹੈ ਦੁਨੀਆ ਬੰਬ ਦੇ ਨਾਲ ਜਾਣ ਦੀ ਸੀ ਲਾਉਜ ਖਿਡਾਰੀ ਨੂੰ ਰੌਲੀ ਪੈਂਦਾ ਅਰਪਿਤ ਬੰਬ ਰੈਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਦੂਸਰੇ ਪਾਸੇ ਬਾਬੂ ਹਰਕਰਨ ਸਿੰਘ ਇਸ ਲਈ ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਸ਼ੁਸ਼ਕ ਪਿੰਡ ਬਲਵਿੰਦਰ ਗਿਆਨੀ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪੇੜਾ ਦੇ ਵੀਰੋ ਅਗਲੀ ਕਬੱਡੀ ਇਸ ਲਈ ਨੌਜਵਾਨ ਧਰਨਾ ਸ਼ੀਟ ਮਿਲਦਾ ਸੋਡਾ ਖੇਡ ਮੈਦਾਨ ਦੇ ਵਿੱਚ ਚੁਣਦਾ ਹੋਇਆ ਚਾਰ ਜਾਫੇ ਵਿੱਚੋਂ ਵਿਖਦਾ ਵੀ ਪੁਰਾਣੇ ਵਾਲੇ ਦੀ ਧਰਤੀ ਦਾ ਕੌਣ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜੇਗਾ। ਪਰ ਗਿੱਲ ਦਾ ਪੇਡਾ ਕਹਿੰਦੇ ਵੀ ਪੁਰਾਣੇ ਵਾਲਾ ਇੱਧਰ ਸਹੀ ਸਹੀ ਪਾਏ ਨੌਜਵਾਨ ਕਰਨ ਸੋਕਾ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਲਈ ਅਡਜਸਟ ਕਰਦਾ ਸਿੱਖ ਸਰਦਾਰ ਬਦਲੋ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲੰਡੇ ਤੇ ਜੱਗੀ ਆਣਾ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਅਗਲੇ ਮੈਚ ਲਈ ਦੋਨੋਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਲੰਡੇ ਤੇ ਜੱਗੀ ਆਣਾ। ਬਾਬਾ ਸ਼ੂਸ਼ਕ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ ਰਜੀਤ ਫਰੈਂਡ ਦੀ ਕਬੱਡੀ ਕੈਂਟੀ ਪੱਤੋ ਵੀਰ ਸਿੰਘ ਦੀ ਟੀਮ ਵੱਲੋਂ ਖੇਡਦਾ ਪੰਜਾਬ ਦੇ ਕਬੱਡੀ ਕਾਪਾਂ ਨੇ ਮਹਾਂ ਸੋਹਣਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜ ਚੁੱਕਿਆ ਅਗਲੀ ਕਬੱਡੀ ਨੌਜਵਾਨ ਦਲਜੀਤ ਸਿੰਘ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਟੈਂਪਲ ਕਬੱਡੀ ਕਲੱਬ ਕੈਲਗਰੀ ਦੀ ਟੀਮ ਵੱਲੋਂ ਜੋਰਜ ਬਰਾੜ ਉਹਨਾਂ ਦੀ ਟੀਮ ਵੱਲੋਂ ਖੇਡਿਆ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਆ ਖਿਡਾਰੀ ਬਲਜੀਤ ਸਿੰਘ ਸ਼ੂਸ਼ਕ ਪਿੰਡ ਦਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਲੰਡੇ ਦੀ ਵਾਲੀ ਕੈਪਟਨ ਸੁਨੋਰ ਦੇ ਸੱਜਣ ਨੇ ਮੇਰੇ ਵੀਰ ਜੀ ਦੇ ਸਾਲ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਕਬੱਡੀ ਖੇਡੀ ਹੈ ਇਸ ਕੁਝ ਖਿਡਾਰੀਆਂ ਦੇ ਵੀਰੇ ਲੱਗੇ ਇਸ ਨੌਜਵਾਨ ਦਾ ਵੀ ਸੱਜੇ ਪਾਸੇ ਦੀ ਮੇਹਰ ਵੀਜ਼ਾ ਲੱਗਿਆ ਨੌਜਵਾਨ ਰੌਲੀ ਪਿੰਡ ਦਾ ਬੰਦ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸੁੱਖਾ ਸ਼ੂਸ਼ਕ ਵਾਲਾ ਪੂਰੀ ਕੋਸ਼ਿਸ਼ ਕਰਦਾ ਤੇ ਪੁਆਇੰਟ ਨੌਜਵਾਨ ਬੰਦ ਰੌਲੀ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਇਸ ਵੇਲੇ ਕਹਿੰਦੇ ਨੌਜਵਾਨ ਸੋਹਣਾ ਪਾਉਣ ਦੇ ਲਈ ਵਾਧਾ ਹੋਇਆ ਕਬੱਡੀ ਦੀ ਬਹੁਤ ਸਰਕਾਰ ਜੋ ਸੱਚੀ ਹੈ ਉੱਥੇ ਮੇਰੇ ਵੀਰ ਧਾਰਮਿਕ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲੇ ਵੱਡੇ ਯੋਗਦਾਨ ਪਾਉਂਦੇ ਨੇ ਹਰ ਸਾਲ ਬੜੇ ਪਿਆਰ ਦੀ ਉਸ ਪ੍ਰਬੰਧਕੀ ਕਮੇਟੀ ਦੇ ਨਾਲ ਵੱਡੇ ਆਸ਼ੀਰਵਾਦ ਭੇਜਦੇ ਆ ਕੱਲ ਵੀ ਵੱਡੇ ਆਸ਼ੀਰਵਾਦ ਭੇਜਿਆ ਟੀਵੀ ਦੇ ਮੇਰੇ ਵੀਰ ਮਾਨ ਸਮਾਨ ਦੇਣੇ ਹੋਰ ਮਾਣ ਦੇ ਗੱਫੇ ਦਿੰਦੇ ਆ ਸਮੁੱਚੀ ਪ੍ਰਬੰਧਕੀ ਕਮੇਟੀ ਸਮੁੱਚਾ ਨਗਰ ਬਹੁਤ ਬਹੁਤ ਧੰਨਵਾਦ ਕਰਦੀ ਹੈ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਦਾ ਇੱਧਰ ਵੇਖੋ ਸਾਹਮਣੇ ਸੁੱਖਾ ਸ਼ੂਸ਼ਕ ਪਿੰਡ ਦਾ ਤੇ ਪੁਆਇੰਟ ਪੁਰਾਣੇ ਵਾਲੇ ਦਾ ਸਿੰਘ ਸਰਦਾਰ ਗੱਭਰੂ ਆਪਣੀ ਟੀਮ ਲਈ ਜੋੜਦਾ ਹੈ ਦਲਜੀਤ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਵਿੱਚ ਖੈਰ ਲਾਵੇ ਕਦੇ ਛੇ ਨਰਿਆਂ ਦੇ ਗੁਜੇ ਕੌਣ ਥੱਲੇ ਤਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁਜੇ ਸਾਗਰ ਵਿੱਚ ਨਾ ਪੈਂਦੇ ਗੁਜੇ ਵਿੱਚ ਖੈਰ ਲਾਵੇ ਕਦੇ ਛੇ ਨਰਿਆਂ ਦੇ ਗੁਜੇ ਬਾਬਾ ਜੀ ਸਿੰਘ ਅਰਜ ਦੇ ਤੀਰ ਵਾਂਗੂ ਇਸ਼ਾਰਾ ਕਰਦਾ ਆਪਣੀ ਟੀਮ ਦੀ ਲੱਖਾਂ ਦਾ ਪੁਆਇੰਟ ਜੋੜਦਾ ਹਰ ਕਿਸੇ ਦੀ ਰੌਣਕ ਦਾ ਬੰਬ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਪਾਸੇ ਕੋਲਕਾਤਾ ਹੈ ਨਾਲ ਸੁੱਖਾ ਹੈ ਪਰਲੀ ਗਲੀ ਤੇ ਬਾਬਾ ਸ਼ੂਸ਼ਕ ਦਾ ਪ੍ਰਸਿੱਧ ਕਬੱਡੀ ਖਿਡਾਰੀ ਹੈ ਤਾਂ ਸਾਡੇ ਮੇਰੇ ਵੀਰੋ ਵਿਕਾਰ ਲੈ ਪੈਦਾ ਹੋਇਆ ਲਿਆਕਤ ਅਲੀ ਗਾਲ ਫਿਰ ਦਾ ਬਿਨਾ ਅੱਜ ਦੇ ਕਹਿੰਦੇ ਵੀ ਟਾਈਮ ਦੇ ਟਾਪ ਦੇ ਪੈਰ ਦੇਵ ਦਿਆਲ ਕੋਲ ਦਾ ਤੇ ਗਾਲ ਦੇ ਬਿੱਲੇ ਦੀ ਜੋੜੀ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਗਈ ਹੈ ਹਰ ਵੱਖ ਵੱਖਰੀਆਂ ਪ੍ਰਬੰਧਕ ਕਮੇਟੀਆਂ ਦੀ ਬੜੀ ਡਿਮਾਂਡ ਹੁੰਦੀ ਹੈ ਕਿ ਸਾਡੇ ਟੂਰਨਾਮੈਂਟ ਤੇ ਕਿਤੇ ਬਿੱਲੇ ਤੇ ਦੇਂਦੀ ਹੈ ਸਵਾਲਾ ਉਜੜ ਤਾਂ ਗੱਲ ਵੱਖਰੀ ਹੈ ਇਹ ਨੌਜਵਾਨ ਸੋਹਣਾ ਧੱਡੀ ਸ਼ੀਤਾ ਕਬੱਡੀ ਪਾ ਰਿਹਾ ਤੇ ਜਾਫੀ ਪੂਰੀ ਕੋਸ਼ਿਸ਼ ਕਰਦਾ ਹੋਇਆ ਕਿ ਖੁੱਚ ਪੱਟਰੀ ਤੇ ਬੜੀ ਅੱਗੇ ਲਾਉਣੀ ਹੈ ਕਬੱਡੀ ਵਿੱਚ ਢਾਹ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਲੰਡੇ ਤੇ ਜੱਗੀ ਵਾਲਾ ਦੋਨੋਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਲੰਡੇ ਤੇ ਜੱਗੀ ਵਾਲੀ ਦੀਆਂ ਟੀਮਾਂ ਨਾਲ ਕਈ ਹੋਈ ਕਬੱਡੀ ਨੌਜਵਾਨ ਗੱਭਰੂ ਕੋਟੀ ਹੋਈ ਤੋਂ ਹੁਣ ਗੱਭਰੂ ਮਿਲ ਗਿਆ
ਪਰ ਸਫਲਤਾ ਤਾਂ ਅਗਲੇ ਕਦਮ ਤੋਂ ਰਹੀ ਹੈ। ਬਲਜੀਤ ਸਿੰਘ ਅਗਲੀ